स्वागत है किसान वीरों तुहाडा यूट्यूब चैनल सिदक डेयरी फार्मिंग दे विच। किसान वीरों अज जिहड़ी वीडियो बना रहे हैं पिंड वैरोके नूं तहसील बाघा पुराना पैंदी है ते जिला मोगा। अज दी वीडियो दे विच दोस्तों दो पशु दिखाउणे आ, दोने चोटी दे आ। पहले नंबर ते मझ जिहड़ी पीडीएफ दे मेले दे विच वी रिकॉर्ड होल्डर आया तां दुध दा रिकॉर्ड उत्थे होया गया मिलकिंग दे विच किन्ना दुध इहने दित्ता उह बाई तों पुछांगे। इहदों अगे दोस्तों बहुत सोहणी M29 सांध दी चोटी है, ये ताजी सूई है, ये रात ही सूई है, बाकी डिटेल चे बारे भी आपां भाई तो पुछांगे। वीडियो नूं दोस्तों एंड तक जरूर देखो। ये दोनों पशु इन्होंने वकाऊ करने हैं। इन्हां दे विचों दोस्तों जिहड़ा भी पशु इन्हां नूं रेट सही वटा जांदा उह एक पशु इन्होंने सेल कर देना, दूजा फिर घरे रखना। सो वीडियो नूं एंड तक जरूर देखो। पहला आपां दोस्तों नीदी रावी मझ बारे गल करते हैं, सून दे जिहड़ी नेड़ है, फिर तुहानूं जिहड़ी मुरा नसल दी झोटी उह वी दिखावांगे। ਬਾਈ ਜੀ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਬਾਈ ਜੀ ਤੁਹਾਡਾ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਨਾਮ ਦੱਸਿਓ ਆਪਣਾ। ਰੋਸ਼ਨ ਸਿੰਘ ਬਰਾੜਵੇ ਰੋਕੇ। ਰੋਸ਼ਨ ਸਿੰਘ, ਹਾਂਜੀ ਠੀਕ ਹੈ। ਅੱਛਾ ਇੱਕ ਇਹ ਦੱਸੀ ਵੀ ਮੇਲਿਆਂ ਦਾ ਆਪਾਂ ਨੂੰ ਸ਼ੌਂਕ ਹੈਗਾ ਫਿਰ? ਹਾਂਜੀ ਬਾਈ ਜੀ, ਮੇਰੇ ਪਹਿਲਾਂ ਤੋਂ ਫਾਦਰ ਸਾਹਿਬ ਨੂੰ ਵੀ ਸ਼ੌਂਕ ਸੀਗਾ, ਬਹੁਤ ਚੋਟੀ ਦੇ ਪਸ਼ੂ ਰੱਖੇ ਉਹਨਾਂ ਨੇ ਵੀ। ਠੀਕ ਹੈ। ਉਹ ਨੀਲੇ ਆਪਣਾ ਮੋਰਾ ਕਲਰ ਦੀ ਸਾਡੇ ਕੋਲੇ ਤਕਰੀਬਨ 7ਵੀਂ 8ਵੀਂ ਪੀੜ੍ਹੀ ਆ ਚੁੱਕੀ ਹੈ ਘਰ ਦੀ। ਠੀਕ ਹੈ। ਤੇ ਬਾਕੀ ਆ ਨੀਲੀ ਰਾਵੀ ਹੈ। ਠੀਕ ਹੈ। ਇਹ ਵੀ ਹੁਣ ਪੀਡੀਐਫ ਦਾ ਰਿਕਾਰਡ ਲੱਗ ਚੁੱਕੀ ਹੈ। ਠੀਕ ਹੈ। ਅੱਛਾ ਪੀਡੀਐਫ ਦੇ ਕਿਹੜੇ ਮੇਲੇ ਤੇ ਇਹ ਪਾਈ ਸੀ? ਪੀਡੀਐਫ ਦੇ ਜੀ ਉਹਦੇ ਉੱਪਰ ਸਰਟੀਫਿਕੇਟ ਤੇ ਠੀਕ ਹੈ। ਤੇ ਇਹਦੇ ਸੀਮਨ ਕਿਹੜਾ ਲੱਗਾ? ਸੀਮਨ ਬੱਲੂ 2 ਦਾ ਜੀ। ਬੱਲੂ 2 ਦਾ ਜਿਹੜਾ ਨੱਥੂ ਵਾਲੇ ਦਾ? ਹਾਂਜੀ ਠੀਕ ਹੈ। ਅੱਛਾ ਇਹਦੇ ਹੁਣ ਕਿੰਨੇ ਦਿਨ ਰਹਿੰਦੇ ਸੂਨ ਚ? ਇਹਦੇ ਤਕਰੀਬਨ ਜੀ 1-2 ਦਿਨ ਹੀ ਲਊਗੀ ਬਸ ਤਿਆਰੀ। ਹਾਂਜੀ ਤਿਆਰੀ ਪੂਰੀ ਹੈ। ਠੀਕ ਹੈ। ਤੇ ਇਹਦਾ ਕੀ ਰੇਟ ਕਰਦੇ ਹੋ ਆਪਾਂ? ਇਹਦਾ ਰੇਟ ਜੀ ਫੋਨ ਤੇ ਦੱਸ ਦਿਆਂਗੇ। ਫੋਨ ਤੇ ਦੱਸਾਂਗੇ। ਠੀਕ ਹੈ ਦੋਸਤੋ, ਮੱਝ ਦੇਖ ਲਓ ਤੁਸੀਂ, 5ਵਾਂ ਸੂਆ ਸੂਣੀ ਹੈ। 2015 ਦੇ ਵਿੱਚ ਜਿਹੜਾ ਪੀਡੀਐਫ ਦਾ ਮੇਲਾ ਹੋਇਆ ਸੀਗਾ 5-6-7 ਦਸੰਬਰ ਨੂੰ, ਜਿਲ੍ਹੇ ਦੇ ਵਿੱਚ 4 ਮੇਲੇ ਚੈਂਪੀਅਨ। ਠੀਕ ਹੈ। ਅੱਛਾ ਜ਼ਿਲ੍ਹੇ ਲੈਵਲ ਤੇ ਵੀ? ਜ਼ਿਲ੍ਹੇ ਦੇ ਮੇਲੇ 4 ਮੇਲੇ ਚੈਂਪੀਅਨ ਰਹੀ ਹੈ। ਠੀਕ ਹੈ। 4 ਮੇਲੇ ਦੋਸਤੋ ਜ਼ਿਲ੍ਹੇ ਦੇ ਜਿੱਤੇ ਹੈ, ਤੇ ਪੀਡੀਐਫ ਦਾ ਮੇਲਾ ਜਿਹੜਾ ਉਹਦੇ ਚ ਦੋਸਤੋ ਮੁਰਾ ਤੇ ਨੀਦੀ ਰਾਵੀ ਉਹਨਾਂ ਦਾ ਇਕੱਠਾ ਹੀ ਹੁੰਦਾ ਮਿਲਕਿੰਗ ਦਾ ਕੰਪੀਟੀਸ਼ਨ। ਉਹਦੇ ਚ ਇਹਨੇ 19 ਕਿਲੋ 233 ਗ੍ਰਾਮ ਦੁੱਧ ਦਿੱਤਾ ਉਸ ਮੇਲੇ ਦੇ ਵਿੱਚ। ਸੋ ਇਹ ਮੱਝ ਵਿਕਾਊ ਹੈ, ਖੋਲੀ ਪਈ ਨੇ, ਤੋੜ ਕੇ ਦਿਖਾਵਾਂਗੇ ਦੋਸਤੋ। ਥਾਣਾ ਦਾ ਸਾਈਜ਼ ਦੇਖ ਸਕਦੇ ਹਾਂ, ਬਣਤਰ ਦੇਖ ਸਕਦੇ ਹਾਂ, ਦੱਸਦੇ ਹਾਂ ਵੀ ਦੁੱਧ ਵਾਲੀ ਮੱਝ ਹੈ। ਬੱਲੂ 2 ਨੱਥੂ ਵਾਲੇ ਤੋਂ ਝੋਟਾ ਬਾਈ ਅਮਰਜੀਤ ਸਿੰਘ ਕੋਲ, ਉਹਦਾ ਇਹਦੇ ਸੀਮਨ ਲੱਗਾ ਹੋਇਆ। ਬਹੁਤ ਵੱਡਾ ਹਵਾਨਾ ਹਵਾਨਾ ਤਾਂ ਦੋਸਤੋ, ਜਦੋਂ ਦੁੱਧ ਤੁਸੀਂ ਮੇਲੇ ਦੀ ਚਵਾਈ ਵਾਲਾ ਤੁਹਾਨੂੰ ਦੱਸਤਾ ਤਾਂ ਉਦੋਂ ਤੋਂ ਅੰਦਾਜ਼ਾ ਹੋ ਹੀ ਗਿਆ ਹੋਣਾ ਵੀ ਹਵਾਨੇ ਇਹ ਵੱਡੇ ਦੀ ਹੋਊਗੀ। ਚੰਗੀ ਮੱਝ ਹੈ। ਰੇਟ ਦੋਸਤੋ ਜਿਹੜਾ ਉਹ ਤੁਸੀਂ ਆਪ ਹਿਸਾਬ ਲਾ ਲਓ, ਜੇ ਵੀ ਜਿਹੜੀ ਨੀਲੀ ਰਾਵੀ ਖਾਸ ਕਰਕੇ ਮੇਲੇ ਦੇ ਵਿੱਚ ਚੈਂਪੀਅਨ ਬਣੀ ਵੀ ਹੈ, ਉਹਦਾ ਰੇਟ ਕਿੱਦਾਂ ਦਾ ਹੋਊਗਾ। ਸੋ ਬਾਕੀ ਫੋਨ ਤੁਸੀਂ ਬਾਈ ਜੀ ਹੋਰਾਂ ਨੂੰ ਕਰ ਸਕਦੇ ਹੋ, ਸ਼ੌਕੀਨ ਵੀਰ ਜ਼ਰੂਰ ਫੋਨ ਕਰ ਸਕਦੇ ਆ। ਇਹ ਵਿਕਾਊ ਆ ਮੱਝ, 5ਵਾਂ ਸੂਆ ਸੂਣੀ ਹੈ। ਤੁਹਾਨੂੰ ਦੋਸਤੋ ਇਹ ਚੰਗੀ ਤਰ੍ਹਾਂ ਸਾਰੀ ਦਿਖਾ ਦੇਣਾ। ਉਦੋਂ ਬਾਅਦ 'ਚ ਇੱਕ ਮੁਰਾ ਨਸਲ ਦੀ ਝੋਟੀ ਹੈ ਬਾਈ ਕੋਲ, ਬਹੁਤ ਚੰਗੀ, ਉਹ ਵੀ ਤੁਹਾਨੂੰ ਦਿਖਾਉਣੀ ਹੈ। ਦੇਖ ਸਕਦੇ ਹੋ ਦੋਸਤੋ ਇਹਦਾ ਥਣ ਹਵਾਨਾ, ਬਹੁਤ ਵੱਡੇ ਹਵਾਨੇ ਦੀ ਥਣ ਦੋਸਤੋ, ਦੁੱਧ ਵਾਲੇ ਬਿੱਠੀ 'ਤੇ ਬਹੁਤ ਹੈ। ਬਾਕੀ ਥਣ ਦਾ ਸਾਈਜ਼ ਬਹੁਤ ਸੋਹਣਾ ਹੈ, ਤੁਸੀਂ ਇੱਥੋਂ ਦੋਸਤੋ ਵੀਡੀਓ ਦੇ ਵਿੱਚੋਂ ਇਹਦੇ ਥਣ ਦਾ ਸਾਈਜ਼ ਦੇਖ ਸਕਦੇ ਹਾਂ। ਸੂਣ ਦੇ ਨੇੜ ਆ ਦੋਸਤੋ, ਬਿਲਕੁਲ ਤਿਆਰੀ 'ਚ ਹੀ ਹੈ, ਕੋਈ 2-4 ਦਿਨ ਇਹ ਲਿਜਾ ਸਕਦੀ ਹੈ, ਹੋ ਸਕਦਾ ਪਹਿਲਾਂ ਸੂਪੇ। ਪੁੜਿਆਂ ਦੀ ਚੁੜਾਈ ਚੰਗੀ ਹੈ, ਬਾਕੀ ਜਿੱਦਾਂ ਦਾ ਢਾਂਚਾ ਉਹ ਤੁਹਾਡੇ ਸਾਹਮਣੇ ਬੰਦ ਹੋ ਗਈ। ਵੱਡੀ ਮੱਝ ਆ ਦੋਸਤੋ ਨੀਲੀ ਰਾਵੀ ਨਸਲ ਦੇ ਵਿੱਚ, ਚੰਗੇ ਦੁੱਧ ਵਾਲੀ ਮੱਝ ਹੈ। ਜੇ ਕਿਸੇ ਵੀਰ ਦੇ ਪਸੰਦ ਆਊਗੀ ਤਾਂ ਇਹਨਾਂ ਨੂੰ ਤੁਸੀਂ ਕਾਲ ਕਰ ਲਿਓ, ਜਿਹੜਾ ਵੀ ਵੀਰ ਚੰਗੇ ਪੈਸੇ ਲਾਉਣੇ ਚਾਹੁੰਦਾ। ਇਹ ਦੋਸਤੋ ਕੱਟੀ ਇਸੇ ਮੱਝ ਨੇ ਦਿੱਤੀ ਸੀ, ਇਹ ਬੱਲੂ 1 ਦੀ ਹੈ। ਇਦੋਂ ਇਹ ਹੋ ਗਈ ਕੱਪਣ ਬਾਈ ਕੱਟੀ? ਡੇਢ ਸਾਲ ਦੀ ਉਮਰ ਆ ਦੋਸਤੋ ਕੱਟੀ ਦੀ। ਠੀਕ ਹੈ ਬਾਈ। ਜਿਹੜੀ ਇੱਧਰ ਝੋਟੀ ਹੈ, ਕਿੰਨਵਾਂ ਸੂਆ ਸੂਈ ਹੈ? ਇਹ ਫਸਟ ਰਜਿਸਟ੍ਰੇਸ਼ਨ ਆਈ ਜੀ, ਪਹਿਲਾ ਸੀ ਬਸ। ਹਾਂਜੀ ਠੀਕ ਹੈ। ਤੇ ਇਹਦੀ ਉਮਰ ਕਿੰਨੀ ਕਹਿ ਦੰਦੋ ਕਿਵੇਂ ਇਹ? ਇਹਦੀ 2 ਦੰਦੀ ਹੈ ਜੀ। 2 ਦੰਦ ਹੈ? ਹਾਂਜੀ ਠੀਕ ਹੈ। ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ ਰਾਤੀ ਸੂਈ ਹੈ ਜੀ। ਰਾਤੀ ਸੂਈ ਹੈ? ਅੱਛਾ ਇਹ ਆਪਣੀ ਘਰ ਦੀ ਝੋਟੀ ਹੈ? ਇਹ ਘਰ ਦੀ ਜੀ। ਕਿਹੜੇ ਸੀਮਨ ਦੀ ਹੈ ਇਹ? ਇਹ ਹੈਗੀ M29। ਆਪ M29? ਹਾਂਜੀ। ਇਹਦੀ ਮਾਂ ਸੀਗੀ ਜਗਰਾਜ ਦੀ। ਠੀਕ ਹੈ। ਬੱਚੀ? ਠੀਕ ਹੈ। ਤੇ ਉਹਦੀ ਹੈਗੀ ਹੈ ਇਹ? ਠੀਕ ਹੈ। ਉਹਦੇ ਥੱਲੇ ਦੁੱਧ ਕਿੰਨਾ ਸੀ? ਉਹਦੇ ਥੱਲੇ ਸੀ 19 ਕਿਲੋ ਦੁੱਧ। 19 ਕਿਲੋ ਦੁੱਧ? ਹਾਂਜੀ। ਠੀਕ ਹੈ। ਤੇ ਇਹਦੇ ਹੁਣ ਅੱਗੇ ਬੱਚਾ ਕੀ ਦਿੱਤਾ? ਇਹਨੇ ਕੱਟਾ ਜੀ।
ਕੱਟਾ ਕਿਹੜੇ ਸੀਮਨ ਦਾ? ਇਹ ਕੱਟਾ ਹੈਗਾ ਜੀ ਲਕਸ਼ਮੀ ਡੇਰੀ। ਲਕਸ਼ਮੀ ਡੇਰੀ ਫਾਰਮ ਵਾਲੇ ਦੇ ਉਹਨਾਂ ਦੇ ਕਿਹੜੇ ਸਾਹਮਣ ਦਾ? ਆਪਣਾ ਮੋਦੀ ਦਾ ਜੀ। ਮੋਦੀ ਦਾ, ਠੀਕ ਹੈ। ਤੇ ਇਹ ਤਾਂ ਜੇ ਰਾਤ ਹੀ ਸੂਈ ਆ ਫਿਰ ਜੇ ਦੁੱਧ ਨਹੀਂ ਚੈੱਕ ਕੀਤਾ? ਨਹੀਂ ਦੁੱਧ ਕੁਛ ਨਹੀਂ ਕੀਤਾ ਜੀ। ਠੀਕ ਹੈ, ਇਹਦਾ ਵੀ ਰੇਟ ਫੋਨ ਤੇ ਦੱਸਾਂਗੇ? ਹਾਂਜੀ, ਇਹਦਾ ਵੀ ਫੋਨ ਤੇ ਦੱਸਾਂਗੇ। ਠੀਕ ਹੈ ਦੋਸਤੋ, ਹਾਈਟ ਦਾ ਅੰਦਾਜ਼ਾ ਆਪ ਲਾ ਲਓ, M29 ਸਾਹਣ ਜਿਹੜਾ ਬਹੁਤ ਚਰਚਿਤ ਹੈ, ਮਸ਼ਹੂਰ ਹੈ ਦੋਸਤੋ, ਕਿਉਂਕਿ ਉਹਦੀਆਂ ਝੋਟੀਆਂ ਨੇ, ਚੰਗਾ ਦੁੱਧ ਦਿੱਤਾ ਹੈ। ਸਿੰਘਾਂ ਤੋਂ ਤੁਹਾਨੂੰ ਦੱਸੂਗੀ ਨਸਲ, ਬਹੁਤ ਸੋਹਣਾ ਸਿੰਘ ਹੈ, ਬਿਲਕੁਲ ਕਾਲਾ ਮੱਥਾ। ਬਾਕੀ ਥਣ ਦਾ ਸਾਈਜ਼ ਦੇਖ ਸਕਦੇ ਹਾਂ, ਰਾਤ ਹੀ ਸੂਈ ਹੈ ਹਜੇ ਥਣਾਂ 'ਚ ਦੁੱਧ ਦੋਸਤੋ, ਕਿਉਂਕਿ ਬੌਲੇ 'ਚ ਇਹ। ਪੂਛ ਜਿਹੜੀ ਹੇਠੋਂ ਥੋੜ੍ਹੀ ਬਹੁਤ ਵਾਈਟ ਹੈ, ਕੱਦ ਬਹੁਤ ਜ਼ਿਆਦਾ ਹੈ, ਰਾਤ ਹੀ ਸੂਈ ਹੈ, ਉਹਦੇ ਕਰਕੇ ਹਜੇ ਪੂਰੇ ਪੱਠੇ ਨੇ ਖਾਧੇ ਨਹੀਂ ਗੇ, ਤੁਸੀਂ ਉਹ ਇਹਦੇ ਪੇਟ ਤੋਂ ਅੰਦਾਜ਼ਾ ਲਾ ਸਕਦੇ ਹਾਂ। ਖੁੱਲ੍ਹੀ ਝੋਟੀ ਹੈ, ਕੱਦ ਕਾਠ ਵਾਲੀ ਹੈ, ਉੱਤੋਂ ਬਹੁਤ ਖੁੱਲ੍ਹੀ, ਤੋਰ ਪਈ ਇਹਨੂੰ ਮੈਂ ਤੋਰ ਕੇ ਦੋਸਤੋ ਤੁਹਾਨੂੰ ਦਿਖਾਉਣੀ ਹੈ ਝੋਟੀ। ਇਹ ਵੀ ਇਹਨਾਂ ਨੇ ਵੇਚਣੀ ਹੈ, ਜੇ ਕਿਸੇ ਵੀਰ ਦੇ ਪਸੰਦ ਆਊਗੀ ਤਾਂ ਇਹਨਾਂ ਨੂੰ ਕਾਲ ਕਰ ਲਿਓ, ਰੇਟ ਇਹਦਾ ਵੀ ਫੋਨ 'ਤੇ ਦੱਸਣਗੇ। ਬਾਕੀ ਸੌਦਾ ਦੋਸਤੋ ਚੰਗੇ ਪਸ਼ੂ ਆ, ਮਹਿੰਗੇ ਮੁੱਲ ਦੇ ਆ, ਚੰਗੇ ਆ, ਤੇ ਉਹਦੇ ਲਈ ਤੁਹਾਨੂੰ ਇੱਥੇ ਆ ਕੇ ਦੇਖਣਾ ਪੈਣਾ, ਇਹਨਾਂ ਨਾਲ ਗੱਲਬਾਤ ਕਰਨੀ ਪੈਣੀ ਹੈ। ਝੋਟੀ ਦਾ ਹਵਾਨਾ ਬਹੁਤ ਸੋਹਣਾ, ਥਣ ਦੀ ਜਿਹੜੀ ਬਿੱਥੀ ਹੈ ਦੋਸਤੋ ਉਹ ਦੇਖਣ ਵਾਲੀ ਹੈ, ਪਿਛਲੇ ਥਣਾਂ 'ਚ ਬਿੱਥੀ ਜੇ ਤੁਸੀਂ ਦੇਖੋ, ਹਵਾਨੇ ਤੋਂ ਵੀ ਦੋਸਤੋ ਦੂਰ ਥਣ ਜਿਹੜਾ ਇਹਦੇ ਲੱਗਾ, ਥੋੜ੍ਹਾ ਬੱਚੇ ਦਾ ਕਰ ਦੋਸਤੋ, ਪਹਿਲਾਂ ਝੋਟੀ ਹੈ ਹੁਣੇ ਸੂਈ ਹੈ, ਉਹਦੇ ਕਰਕੇ ਥੋੜ੍ਹਾ ਡਰਦੀ ਹੈ। ਥਣਾਂ 'ਚ ਬਿੱਥੀ ਦੋਸਤੋ ਇੱਥੋਂ ਦੇਖ ਲਓ, ਪਿਛਲੇ ਥਣ ਕਿੰਨੀ ਕੁ ਬਿੱਥੀ 'ਤੇ ਹੈ, ਤੁਹਾਨੂੰ ਅੰਦਾਜ਼ਾ ਹੋ ਜਾਊਗਾ ਮੇਰੇ ਖਿਆਲ 'ਚ, ਬਿਲਕੁਲ ਕਲੀਅਰ ਦਿਸਦੇ ਹੋਣਗੇ। ਹਵਾਨਾ ਬਹੁਤ ਵੱਡਾ ਤਿਆਰ ਕਰ ਜਾਣਾ, ਹਜੇ ਇਹ ਰਾਤ ਹੀ ਸੂਈ ਹੈ। ਬਾਕੀ ਥਣ ਦਾ ਦੋਸਤੋ ਸਾਈਜ਼ ਬਹੁਤ ਸੋਹਣਾ, ਬਾ ਬੰਦੇ ਬਈ, ਬਹੁਤ ਸੋਹਣੀ ਝੋਟੀ ਹੈ ਦੋਸਤੋ, ਜਿਹੜੇ ਵੀਰ ਨੇ ਖਰੀਦਣੀ ਹੈ, ਚੰਗੀ ਅਤੇ ਸ਼ੌਕੀਨ ਝੋਟੀ ਹੈ, ਹਰੇਕ ਪੱਖ ਤੋਂ ਚੰਗੀ ਹੈ। ਬਾਕੀ ਇੱਦੋਂ ਅੱਗੇ ਪਸੰਦ ਤੁਸੀਂ ਕਰਨੀ ਹੈ, ਰੇਟ ਬਾਈ ਜੀ ਹੋਰੀ ਫੋਨ 'ਤੇ ਦੱਸਣਗੇ। ਕਈ ਵੀਰਾਂ ਦੇ ਦੋਸਤੋ ਇਵੇਂ ਕਮੈਂਟ ਆਉਂਦੇ ਆ ਵੀ ਰੇਟ ਤੋਂ ਬਿਨਾਂ ਵੀਡੀਓ ਪਾਉਣ ਦਾ ਕੀ ਫਾਇਦਾ, ਪਰ ਜਦੋਂ ਚੰਗੇ ਪਸ਼ੂ ਦਾ ਰੇਟ ਦੱਸਿਆ ਜਾਂਦਾ ਅਤੇ ਉਹਦੇ ਥੱਲੇ ਜਿਹੜੇ ਕਮੈਂਟ, ਜਿਨ੍ਹਾਂ ਨੇ ਨਹੀਂ ਵੀ ਪਸ਼ੂ ਖਰੀਦਣਾ ਉਹ ਵੀ ਦੋਸਤੋ ਤੁਹਾਨੂੰ ਪਤਾ ਕਿੱਦਾਂ ਦੇ ਕਰਦੇ ਆ, ਉਹਦੇ ਕਰਕੇ ਚੰਗੇ ਪਸ਼ੂ ਦਾ ਰੇਟ ਹੁਣ ਤੁਹਾਨੂੰ ਬਹੁਤੀਆਂ ਵੀਡੀਓ ਦੇ ਵਿੱਚ ਫੋਨ 'ਤੇ ਪੁੱਛਣਾ ਪੈਂਦਾ। ਬਾਕੀ ਇਹ ਵੀ ਠੀਕ ਹੈ ਦੋਸਤੋ, ਕਿਉਂਕਿ ਜਿਹੜੇ ਵੀਰ ਨੂੰ ਪਸੰਦ ਆਊਗੀ, ਕਿਉਂਕਿ ਇਹਨਾਂ ਨੇ ਮਿਹਨਤ ਕੀਤੀ ਹੈ ਇਸ ਚੀਜ਼ 'ਤੇ। ਕਿਸੇ ਵੀ ਬਹੁਤ ਘੱਟ ਵੀਰ ਹੈ ਜਿਨ੍ਹਾਂ ਕੋਲ ਇੱਦਾਂ ਪ੍ਰੋਪਰ ਰਿਕਾਰਡ ਵਾਲੇ ਪਸ਼ੂ ਹੋਣ, ਅਤੇ ਜਦੋਂ ਅਗਲਾ ਇੰਨੀ ਮਿਹਨਤ ਕਰਕੇ ਕੋਈ ਪਸ਼ੂ ਤਿਆਰ ਕਰਦਾ ਅਤੇ ਤੁਹਾਡਾ ਇੱਕ ਕਮੈਂਟ ਜੀ ਉਹਦਾ ਦਿਲ ਤੋੜਦਾ, ਤਾਂ ਇਹਦੇ ਨਾਲੋਂ ਬਿਹਤਰ ਇਹ ਹੈ ਦੋਸਤੋ, ਰੇਟ ਜਿਹਨੇ ਖਰੀਦਣੀ ਹੈ ਉਹ ਫੋਨ 'ਤੇ ਹੀ ਪੁੱਛ ਲਏ। ਸੋ ਚੰਗੀਆਂ ਮੱਝਾਂ ਨੀਲੀ ਰਾਵੀ ਦੇ ਵਿੱਚ ਤਾਂ ਦੋਸਤੋ ਕੋਈ ਸ਼ੱਕ ਹੀ ਨਹੀਂ, ਕਿਉਂਕਿ 4-5 ਸਰਟੀਫਿਕੇਟ ਵੀ ਇਹਨੇ ਬਣਾਏ ਹੋਏ ਆਪਦੇ, ਅਤੇ ਇਦੋਂ ਅੱਗੇ ਝੋਟੀ ਜਿਹੜੀ ਆ ਉਹਦੀ ਸ਼ੌਕੀਨੀ ਜਾਂ ਉਹਦਾ ਹਵਾਨਾ ਹੀ ਦੱਸਦਾ ਵੀ ਉਹ ਚੰਗੀ ਝੋਟੀ ਹੈ। ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ, ਪਸ਼ੂ ਬਾਈ ਦੇ ਤੁਹਾਨੂੰ ਕਿਵੇਂ ਦੇ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਿਓ। ਜਿਹਨੇ ਖਰੀਦਣੇ ਆ ਤੁਸੀਂ ਇੱਥੇ ਆ ਜਾਓ, ਪਸ਼ੂ ਇਹਨਾਂ ਕੋਲ ਆ ਕੇ ਦੇਖ ਸਕਦੇ ਆ, ਸਰਟੀਫਿਕੇਟ ਇਹਨਾਂ ਦੇ ਕੋਲ ਦੋਸਤੋ ਸਾਰੇ ਮੇਲਿਆਂ ਦੇ ਹੈਗੇ ਆ। ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ।